ਹਾਂਜੀ ਬੇਟਾ ਚੈਪਟਰ 10 ਮਿਲਕੀ ਦਾ ਬਿਆਹ ਇੱਕ ਕਵਿਤਾ ਆਪਾਂ ਪੜ੍ਹਦੇ ਆਂ ਇਸ ਕਵਿਤਾ ਦੇ ਵਿੱਚ ਕੀ ਕਿਹਾ ਗਿਆ ਵੀ ਸਾਨੂੰ ਬੁਰੀਆਂ ਆਤਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕਵਿਤਾ ਪੜ੍ਹਦੇ ਆਂ ਇਹ ਬਾਂਦਰ ਦੇ ਮਨ ਫੁਰਨਾ ਫੁਰਿਆ ਵਨ ਸਿਹਰਾ ਲਾੜਾ ਵਨ ਟੁਰਨਾ ਜੇ ਕੋਈ ਨੱਥੋ ਵਿਆਹ ਲਿਆਵੇ ਚੁੱਲ੍ਹੇ ਤੇ ਨਾ ਹੱਥ ਸੜਾਵੇ ਬਾਂਦਰ ਦੇ ਮਨ ਵਿੱਚ ਕੀ ਹੈ ਇੱਕ ਵਿਚਾਰ ਆਇਆ ਵੀ ਉਹ ਸਿਹਰਾ ਬਨ ਕੇ ਜਾਵੇ ਤੇ ਕੋਈ ਨੱਥੋ ਹੈ ਜਿਹੜੀ ਕਿ ਉਹ ਵਿਆਹ ਕੇ ਲੈ ਕੇ ਆਵੇ ਤਾਂ ਜੋ ਉਸ ਨੂੰ ਚੁੱਲ੍ਹੇ ਤੇ ਆਪਣੇ ਹੱਥ ਨਾਲ ਸਾੜਨੇ ਪੈਣ ਰੋਟੀ ਪਾਣੀ ਨਾ ਬਣਾਉਣਾ ਪਵੇ ਠੀਕ ਹੈ ਮਨ ਵਿੱਚ ਕਰਕੇ ਸੋਚ ਵਿਚਾਰ ਨਾ ਕਡਵਾਇਆ ਵਿੱਚ ਅਖਬਾਰ ਮਿਰਖੀ ਨਾਮ ਵਲੈਤੋਂ ਆਇਆ ਸੂਟ ਬੂਟ ਤੇ ਹੈਟਸ ਜਾਇ ਬਿਲਕੁਲ ਸੌਖੇ ਬਟਾ ਤੁਸੀਂ ਸਮਝ ਸਕਦੇ ਹੋ ਇਹ ਮਨ ਵਿੱਚ ਕਰਕੇ ਸੋਚ ਵਿਚਾਰੋਂ ਨੇ ਆਪਣੇ ਮਨ ਦੇ ਵਿੱਚ ਸੋਚ ਵਿਚਾਰ ਕਰ ਲਿਆ ਤੇ ਅਖਬਾਰ ਦੇ ਵਿੱਚ ਉਹਨੇ ਆਪਣਾ ਨਾਮ ਕਢਵਾਤਾ ਮਿਲਖੀ ਨਾਮ ਵਾਲਾ ਇਹ ਤੋਂ ਮਿਲਖੀ ਬਾਲਦੇਸ਼ ਤੋਂ ਆਇਆ ਤੇ ਸੂਟ ਬੂਟ ਤੇ ਉਹਨੇ ਹੈਟ ਸਜਾਇਆ ਹੋਇਆ ਇੱਕ ਸਿਆਣੀ ਨੱਥੋ ਲੱਭੇ ਅੱਗੇ ਪਿੱਛੇ ਸੱਜੇ ਖੱਬੇ ਨਾ ਪੈਸਾ ਨਾ ਦਾਸ ਇਹ ਜਾਤ ਪਾਤ ਤੋਂ ਕਰਾਂ ਗੁਰੇਜ਼ ਮਿਲਖੀ ਕੀ ਕਹਿੰਦਾ ਇੱਕ ਸਿਆਣੀ ਜਿਹੜੀ ਕੁੜੀਏ ਇੱਕ ਨੱਥੋ ਲੱਭ ਜਾਵੇ ਮੈਨੂੰ ਕੀ ਹੈ ਅਗੇ ਪਿੱਛੇ ਸੱਜੇ ਖੱਬੇ ਵੀ ਮਤਲਬ ਨਾ ਮੈਂ ਕੋਈ ਪੈਸਾ ਮੰਗਦਾ ਨਾ ਹੀ ਕੋਈ ਦਸਦੇ ਹੇਜ਼ ਤੇ ਨਾ ਹੀ ਮੈਨੂੰ ਕੋਈ ਜਾਤ ਪਾਤ ਦਾ ਗੁਰੇਜ਼ ਹੈ ਮਤਲਬ ਕਿਸੇ ਚੀਜ਼ ਦਾ ਮੈਨੂੰ ਕੋਈ ਉਹ ਨਹੀਂ ਹੈਗਾ ਵੀ ਬਸ ਮੈਨੂੰ ਕੇ ਇੱਕ ਸਿਆਣੀ ਨੱਥੋ ਮਿਲ ਜਾਵੇ ਬਸ ਨੱਥੋ ਚਾਹੀਦੀ ਉਹ ਸਰਨਾਵਾ ਪੜ ਲੈਂਦੀ ਜੋ ਸਰਨਾਵਾ ਹੁੰਦਾ ਵੀ ਆਪਣਾ ਨਾਮ ਆਪਣਾ ਸਾਰਾ ਕੁਝ ਕੇ ਉਹ ਪੜ ਲਵੇ ਆਪਣੇ ਬਾਰੇ ਸਾਰੀਆਂ ਨੂੰ ਜਾਣਕਾਰੀ ਹੋਵੇ ਸਭ ਕੁਝ ਉਹ ਪੜ ਲੈਂਦੀ ਹੋਵੇ ਇਧਰੋਂ ਖਾਤੇ ਉਧਰੋਂ ਤਾਰਾ ਮਿਲਖੀ ਦੇ ਹੋ ਗਏ ਪੋਵਾਰਾ ਇਧਰੋਂ ਘਾਟ ਤੇ ਉਧਰੋਂ ਤਾਰਾ ਮਤਲਬ ਫੋਨ ਆਉਣ ਲੱਗੇ ਮਿਲਕੀ ਦੇ ਹੋ ਗਏ ਪੋਵਾਰਾ ਮਿਲਕੀ ਬਹੁਤ ਖੁਸ਼ ਹੋ ਗਿਆ ਮਿਲਕੀ ਨਥੋਂ ਲੱਭ ਲਿਆਂਦੀ ਲਾਲਕ ਗਰੀ ਲਾਲ ਪਰਾਂਦੀ ਗੱਡੀ ਚੜ ਕੇ ਆਈ ਨਥੋਂ ਪੈਰੀ ਚਾਂਦਰ ਪਾਈ ਨਥੋਂ ਫਿਰ ਨਥੂ ਮਿਲਕੀ ਨੇ ਕੀਏ ਨਥੋਂ ਲੱਭ ਲਈਏ ਤੇ ਉਹਦੀ ਲਾਲਕ ਗਰੀ ਪਾਈ ਹੀ ਗੱਡੀ ਦੇ ਵਿੱਚ ਚੜ ਕੇ ਆ ਗਈ ਪੈਰੀ ਉਹਦੇ ਚਾਂਦਰਾਂ ਪਾਇਆ ਹੋਈਆਂ ਨੇ ਵਾ ਵਈ ਬਈ ਨਥੋਂ ਵਾ ਵਈ ਵਾ ਸੋਰੇ ਕਰ ਕਿੱਡਾ ਚਾ ਪਰ ਚੰਦਰੀ ਦੇ ਸੜ ਗਏ ਬਾਗ ਮਿਲਖੀ ਤਾਂ ਟੋਬੇ ਦੀ ਗਾਦ ਮਿਲਖੀ ਮਤਲਬ ਟੋਬੇ ਦੀ ਗਾਦ ਕਿ ਟੋਬੇ ਦੀ ਗੰਦਗੀ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਬੁਰੀਆਂ ਆਤਾਂ ਸੀ ਨਾਥੋ ਕੀ ਕਹਿੰਦੀ ਹੈ ਫਿਰ ਅੱਗੇ ਆਖੇ ਇਹ ਕੀ ਕੀਤਾ ਰੱਬਾ ਗੰਦਾ ਰਹਿਣਾ ਮਾਲਕ ਲੱਭਾ ਮਤਲਬ ਜਿਹੜਾ ਇਨਸਾਨ ਗੰਦਾ ਰਹਿੰਦਾ ਵੀ ਤੈਨੂੰ ਮੈਨੂੰ ਉਹੀ ਲੱਭ ਕੇ ਦਿੱਤਾ ਮੂਹ ਤੋਂਦਾ ਨਾ ਦਾਤਣ ਕਰਦਾ ਪਿੰਦਾ ਦਾਰੂ ਖਾਂਦਾ ਜਰਦਾ ਨਾ ਹੀ ਉਹ ਮੂਹ ਤੋਂਦਾ ਨਾ ਹੀ ਕੋਈ ਦਾਤਣ ਗਹਿ ਵਗੈਰਾ ਕਰਦਾ ਰੋਜ਼ ਦਾਰੂ ਪਿੰਦਾ ਤੇ ਜਰਦਾ ਖਾਂਦਾ ਹੈ ਉਹ ਸੀ ਗਿਜਿਆ ਗੰਦਾ ਰਹਿਣਾ ਉਹ ਇੱਕ ਗੰਦਾ ਰਹਿਣਾ ਗਿਜਿਆ ਹੋਇਆ ਸੀਗਾ ਮਤਲਬ ਉਹਨੂੰ ਆਦਤ ਸੀ ਗੰਦੇ ਰਹਿਣ ਦੀ ਬੋਟੀ ਦਾ ਕਦ ਮੰਨੇ ਕਹਿਣਾ ਰੁਸਕੇ ਟੁਰ ਗਈ ਨੱਥੋ ਪੇਕੇ ਕੋਠੇ ਚੜਚੜ ਮਿਲਖੀ ਵੇਖੀ ਬੋਟੀ ਜਿਹੜੀ ਨੱਥੋ ਹੈ ਕਿ ਰੁਸਕੇ ਚਲੀ ਗਈ ਉਹ ਤਾਂ ਬਹੁਤ ਜ਼ਿਆਦਾ ਗੰਦਾ ਰਹਿੰਦਾ ਠੀਕ ਹੈ ਪਰ ਉਸ ਤੋਂ ਬਾਅਦ ਕੀ ਉਹ ਫਿਰ ਇਕੱਲਾ ਰਹਿ ਗਿਆ ਫਿਰ ਉਹ ਕੋਠੇ ਚੜਚੜ ਕੇ ਮਿਲਖੀ ਹੈ ਜਿਹੜਾ ਨੱਥੋ ਨੂੰ ਵੇਖਦਾ ਚੁੱਲ੍ਹੇ ਅੱਗੇ ਚੁੱਲ੍ਹੇ ਅਗਨਾ ਘੜੇ ਵਿੱਚ ਪਾਣੀ ਤਾਣੇ ਦਿੰਦੇ ਸਾਰੇ ਹਾਣੇ ਨਾਹੀਂ ਚੁੱਲ੍ਹੇ 'ਚ ਅੱਗ ਵੱਲਦੀ ਹੈ ਨਾਹੀ ਘੜੇ ਦੇ ਵਿੱਚ ਕੋਈ ਪਾਣੀ ਐ ਤਾਨੇ ਮਨੇ ਸਾਰੇ ਦੰਦੇ ਨੇ ਉਹਦੇ ਹਾਣੀ ਜਿਹੜੇ ਉਹਦੇ ਦੋਸਤ ਮਿੱਤਰ ਨੇ ਦਿਨ ਮਹੀਨੇ ਗੁਜ਼ਰੇ ਸਾਲ ਮਿਲਖੀ ਦਾ ਹਾਲੋ ਬੇਹਾਲ ਦਿਨ ਮਹੀਨੇ ਗੁਜ਼ਰ ਗਏ ਸਾਲ ਗੁਜ਼ਰ ਗਏ ਮਿਲਖੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਆਕਰ ਇੱਕ ਦਿਨ ਮਨ ਬਣਾ ਸੋਹਰੇ ਟੁਰਿਆ ਸਜ ਸਜਾ ਨਾਤਾ ਧੋਤਾ ਸੁਰਮਾ ਪਾਇਆ ਨੱਥੋ ਅੱਗੇ ਜਾ ਮਟਕਾਇਆ ਆਖਰ ਉਹਨੇ ਇੱਕ ਦਿਨ ਮਨ ਬਣਾ ਲਿਆ ਆਪਣੇ ਸੋਹਰੇ ਜਾਣ ਦਾ ਸੋਹਰੇ ਕੇ ਸਜ ਸਜ ਕੇ ਗਹਿਣਾ ਐ ਤੋ ਇਹ ਸੁਰਮਾ ਪਾਇਆ ਅੱਖਾਂ ਦੇ ਵਿੱਚ ਤੇ ਨੱਥੋ ਦੇ ਅੱਗੇ ਜਾ ਕੇ ਉਹ ਖੜਾ ਹੋ ਗਿਆ ਹੱਥ ਜੋੜੇ ਉਸ ਅਰਜਗੁਜ਼ਾਰੀ ਹੱਥ ਜੋੜ ਕੇ ਉਹਨੇ ਬੇਨਤੀ ਕੀਤੀ ਗੱਲ ਸੁਣ ਮੇਰੀ ਨਥੋ ਪਿਆਰੀ ਮੇਰੀ ਅਕਲ ਟਿਕਾਣੇ ਆਈ ਡਾਡੀ ਚੰਗੀ ਰਹੇ ਸਫਾਈ ਕਹਿੰਦਾ ਮੇਰੀ ਗੱਲ ਇਹ ਜਿਹੜੀ ਤੇਰੀ ਗੱਲ ਸੀ ਮੇਰੀ ਇਹ ਟਿਕਾਣ ਅਕਲ ਟਿਕਾਣੇ ਆ ਗਈ ਵੀ ਡਾਡੀ ਚੰਗੀ ਮਤਲਬ ਸਭ ਤੋਂ ਵਧੀਆ ਕੀ ਜਿਹੜੀ ਸਫਾਈ ਜ਼ਰੂਰੀ ਹੈ ਸਾਡੇ ਲਈ ਨਾ ਸਿਗਰਟ ਨਾ दारू ਜਰਦਾ ਸਭ ਕਾਸੇ ਤੋਂ ਤੌਬਾ ਕਰਦਾ ਨਾ ਹੀ ਮੈਂ ਹੁਣ ਸਿਗਰਟ ਪੀਣਾ ਨਾ दारू ਨਾ ਹੀ ਜਰਦਾ ਸਾਰੀਆਂ ਚੀਜ਼ਾਂ ਤੋਂ ਮੈਂ ਤੌਬਾ ਕਰਦਾ ਹਾਂ ਇਨਕਾਰ ਕਰਦਾ ਹਾਂ ਚੱਲ ਹੁਣ ਉੱਠ ਤੁਰ ਕਰਨਾਂ ਦੇਰ ਤੇਰੇ ਬਿਨ ਕਰ ਪਿਆ ਹਨੇਰ ਚੱਲ ਹੁਣ ਉੱਠ ਜਲਦੀ ਕਰ ਤੂੰ ਦੇਰ ਨਾ ਕਰ ਹੁਣ ਤੇਰੇ ਬਿਨਾਂ ਹੀ ਘਰ ਦੇ ਵਿੱਚ ਹਨੇਰ ਪਿਆ ਹੋਇਆ ਹੈ ਮਨ ਨੱਥੋ ਦੇ ਚੜਿਆ ਚਾ ਟੁਰ ਪਈ ਨੱਥੋ ਵਾਹ ਵਈ ਵਾ ਮਿਲਖੀ ਟਮਟਮ ਪਿਆ ਚਲਾਵੇ ਨੱਥੋ ਵਾਹ ਵਿੱਚ ਵਾ ਮਤਲਬ ਹਵਾ ਸ਼ਾਰਟਸ ਕਰਕੇ ਲਿਖਿਆ ਹੈ ਬੇਟਾ ਇਹ ਨੱਥੋ ਹਵਾ ਵਿੱਚ ਉੜਦੀ ਜਾਵੇ ਤਾਂ ਇਸ ਕਵਿਤਾ ਦਾ ਬੇਟਾ ਸੰਦੇਸ਼ ਕੀ ਦੇ ਰਹੇ ਨੇ ਵੀ ਸਾਨੂੰ ਜਿਹੜੀ ਕਿ ਬੁਰੀਆਂ ਆਤਾਂ ਤੋਂ ਬਚ ਕੇ ਰਹਿਣਾ ਚਾਹੀਦਾ ਠੀਕ ਹੈ ਹਾਂਜੀ ਬੇਟਾ ਅੱਗੇ ਆਪਾਂ ਔਖੇ ਸ਼ਬਦਾਂ ਦੇ ਅਰਥ ਪੜ੍ਹਦੇ ਆਂ ਲਾੜਾ ਵਿਆਹ ਵਾਲਾ ਮੁੰਡਾ ਬਲਾਈਟ ਦੂਜਾ ਦੇਸ਼ ਚਾਹ ਖੁਸ਼ੀ ਚੰਦਰੀ ਬੇਪਾਗ ਗਾਧ ਗਾਰਾ ਤਾਨਾ ਮਹਿਣਾ ਬਿਹਾਲ ਬੁਰਾ ਹਾਲ ਅਰਜ ਬੇਨਤੀ ਹਨੇਰ ਬੇਰੋਂ ਕੀ ਅੱਗੇ ਸੋਚੋ ਤੇ ਸਮਝੋ ਆਓ ਅਭਿਆਸ ਕਰੀਏ ਬਾਂਦਰ ਦੇ ਮਨ ਵਿੱਚ ਕੀ ਆਇਆ ਬਾਂਦਰ ਦੇ ਮਨ ਵਿੱਚ ਇੱਕ ਫੁਰਨਾ ਫਰਿਆ ਬਾਂਦਰ ਦੇ ਮਨ ਵਿੱਚ ਕੀ ਆਇਆ ਬਾਂਦਰ ਦੇ ਮਨ ਵਿੱਚ ਇੱਕ ਫੁਰਨਾ ਆਇਆ ਇੱਕ ਵਿਚਾਰ ਆਇਆ ਕਿ ਉਹ ਸੇਹਰਾ ਬਣ ਕੇ ਲਾੜਾ ਬਣ ਕੇ ਕਿ ਐ ਕੋਈ ਨੱਥੋ ਨੂੰ ਵਿਆਹ ਕੇ ਲੈ ਆਵੇ ਕਿਸ ਵਿੱਚ ਨਾ ਕਢਵਾਇਆ ਮਿਲਖੀ ਨੇ ਅਖਬਾਰ ਦੇ ਵਿੱਚ ਨਾਮ ਕਢਵਾਇਆ ਸੀ ਮਿਲਖੀ ਨੂੰ ਕਿਹੋ ਜਿਹੀ ਨੱਥੋ ਚਾਹੀਦੀ ਸੀ ਮਿਲਖੀ ਨੂੰ ਬਹੁਤ ਸਿਆਣੀ ਤੇ ਸੂਝਵਾਨ ਨੱਥੋ ਚਾਹੀਦੀ ਸੀ ਨੱਥੋ ਕਿਸ ਵਿੱਚ ਆਈ ਸੀ ਨੱਥੋ ਗੱਡੀ ਵਿੱਚ ਚੜ ਕੇ ਆਈ ਸੀ ਮਿਲਖੀ ਕਿਵੇਂ ਰਹਿੰਦਾ ਸੀ ਮਿਰਖੀ ਗੰਦਾ ਬਣ ਕੇ ਰਹਿੰਦਾ ਸੀ ਨਾ ਮੂੰਹ ਤੋਂ ਹੁੰਦਾ ਸੀ ਅਤੇ ਨਾ ਹੀ ਉਹ ਤਾਤਣ ਕਰਦਾ ਸੀ ਅੱਗੇ ਸਹੀ ਉੱਤਰ ਚੁਣੋ ਬਾਂਦਰ ਦੇ ਮਨ ਵਿੱਚ ਕੀ ਵਣਨ ਦਾ ਫੁਰਨਾ ਆਇਆ ਲਾੜਾ ਨਥੋ ਨੇ ਕੀ ਪਾਇਆ ਹੋਇਆ ਸੀ ਲਾਲ ਕਗਰੀ ਤੇ ਲਾਲ ਪਰਾਂਦੀ ਮਿਰਖੀ ਕੀ ਖਾਂਦਾ ਸੀ ਜਰਦਾ ਨਥੋ ਰੁਸ ਕੇ ਕਿੱਥੇ ਚਲੀ ਗਈ ਸੀ ਫੇਕੇ ਚਲੀ ਗਈ ਸੀ